जन हाय 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 गलनी सुनते हाय 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 सारे पिटो हाय बाबा मुर्दाबाद मुर्दाबाद करो से आप हाय 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 जिला प्रशासन हाय 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 त्रिगान जिंदे हाय 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 गलनी सुनते हाय ਜਿਹੜੇ ਅਸੀਂ 12 ਸਾਲਾਂ ਤੋਂ ਮੁਲਾਜ਼ਮ ਜਿਹੜੇ ਨਰੇਗਾ ਦੇ ਵਿੱਚ ਕੰਮ ਕਰ ਰਹੇ ਹਾਂ ਅਤੇ ਸਾਨੂੰ ਜਿਹੜੀਆਂ ਰੈਗੂਲਰ ਸੇਵਾਵਾਂ ਜਿਹੜੀਆਂ ਨੇ ਉਹ ਸਾਡੀਆਂ ਕੀਤੀਆਂ ਜਾਣ ਪੰਚਾਇਤ ਵਿਭਾਗ ਵਿੱਚ ਅਸੀਂ ਕੰਮ ਕਰਦੇ ਪਏ ਹਾਂ ਸਰਕਾਰ ਵੱਲੋਂ ਪੰਚਾਇਤ ਮੰਤਰੀ ਵੱਲੋਂ ਵਾਰ ਵਾਰ ਲਾਰੇ ਲਾਏ ਗਏ ਸੀ ਵੀ ਕੀ ਨਾ ਜਿਹੜਾ ਤੁਹਾਨੂੰ ਜਿਹੜਾ ਪਰਮਾਨੈਂਟ ਕਰ ਦਿੱਤਾ ਜਾਏਗਾ 12 ਸਾਲ ਤੋਂ ਅਸੀਂ ਜਿਹੜਾ ਵਾ ਉਹ 12 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਨੂੰ ਕੰਮ ਕਰਦੇ ਹਾਂ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਅਸੀਂ 3 ਮਹੀਨੇ ਦੇ ਵਿੱਚ ਪੱਕੇ ਕਰ ਦਾਂਗੇ ਪਰੰਤੂ 1 ਸਾਲ ਬੀਤਣ ਦੇ ਬਾਵਜੂਦ ਵੀ ਮੰਤਰੀ ਫਿਰ ਲਾਰੇ ਲਾਉਣ ਡਿਆ ਵਾ ਉਹ ਮੰਤਰੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਉਹਨੂੰ ਕੱਲ੍ਹ ਮਿਲ ਕੇ ਆਏ ਸੀ ਆਪਾਂ ਅਤੇ ਉਹਨਾਂ ਨੇ ਇੰਨੀ ਗੱਲ ਕਹੀ ਵੀ ਕਿ ਨਾ 15 ਦਿਨਾਂ ਦੇ ਵਿੱਚ ਜਿਹੜੀ ਪਾਲਿਸੀ ਬਣਾ ਕੇ ਤੁਹਾਡਾ ਜਿਹੜਾ ਵਾ ਮਸਲਾ ਹੱਲ ਕਰ ਦਿੱਤਾ ਜਾਵੇਗਾ ਹੁਣ ਤੱਕ ਜਿਹੜੇ ਆ 1539 ਕਰਮਚਾਰੀ ਨੇ ਅਤੇ ਉਹਨਾਂ ਸਾਰਿਆਂ ਦੀ ਸਾਡੀ ਮੰਗ ਹੈ ਕਿ ਸਾਨੂੰ ਜਿਹੜਾ ਰੈਗੂਲਰ ਕੀਤਾ ਜਾਵੇ ਸਾਨੂੰ ਜਿਹੜਾ ਵਾ ਉਹ ਜਿਹੜਾ ਵਾ ਪੰਜਾਬ ਪੰਚਾਇਤ ਵਿਭਾਗ ਵਿੱਚ ਮਰਜ ਕੀਤਾ ਜਾਵੇ ਇਹ ਜਿਹੜਾ ਵਾ ਅੱਜ ਪਹਿਲਾਂ ਸਾਡੀ ਸੀ ਜੀ 18 ਤਰੀਕ ਤੋਂ ਧਰਨਾ ਲੱਗਾ ਸੀ ਬਲਾਕ ਲੈਵਲ 'ਤੇ ਧਰਨਾ ਸੀ ਅੱਜ ਜਿਹੜਾ ਵਾ ਜ਼ਿਲ੍ਹੇ ਲੈਵਲ 'ਤੇ ਆਏ ਹਾਂ ਇਹ ਤੋਂ ਬਾਅਦ ਅੱਗੇ ਜਿਹੜਾ ਇਹ ਪੰਜਾਬ ਲੈਵਲ 'ਤੇ ਜਿਹੜਾ ਅਸੀਂ ਧਰਨਾ ਕਰਾਂਗੇ ਜੇਕਰ ਮੰਨ ਲਓ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮੰਤਰੀ ਸਾਹਿਬ ਦੇ ਘਰ ਦਾ ਘਿਰਾਓ ਕਰਾਂਗੇ ਉਹਨਾਂ ਦੇ ਜਿਹੜੇ ਹਲਕੇ ਦੇ ਵਿੱਚ ਜਾ ਕੇ ਉਹਨਾਂ ਦੀਆਂ ਨੀਤੀਆਂ ਬਾਰੇ ਦੱਸਿਆ ਜਾਵੇਗਾ ਕਿ ਨੌਜਵਾਨਾਂ ਪ੍ਰਤੀ ਕਿਵੇਂ ਉਹਨਾਂ ਦੀਆਂ ਮਾਰੂ ਨੀਤੀਆਂ ਨੇ ਅਤੇ ਤਾਂ ਜੋ ਜਿਹੜਾ ਵਾ ਉਹ ਕੈਪਟਨ ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਣਾ ਪਰ ਮੰਤਰੀ ਸਾਹਿਬ ਵੱਲੋਂ ਕਿਹਾ ਜਾਂਦਾ ਉਹ ਤੁਹਾਡਾ ਕੰਟਰੈਕਟ ਹੀ ਜਿਹੜਾ ਵਾ ਰੱਦ ਕਰ ਦਿੱਤਾ ਜਾਵੇਗਾ ਜੇ ਤੁਸੀਂ ਮੇਰੇ ਘਰ ਦਾ ਘਿਰਾਓ ਕਰੋਗੇ ਜਾਂ ਤੁਸੀਂ ਆਪਣੀ ਗੱਲ ਰੱਖੋਗੇ ਤੇ ਇਹ ਅਣਮਿੱਥੇ ਸਮੇਂ ਲਈ ਕਰਮਚਾਰੀ ਹੜਤਾਲ ਜਿਹੜੀ ਆ ਜਾਰੀ ਰਹੂਗੀ ਜਿੰਨੀ ਦੇਰ ਤੱਕ ਸਾਡੀਆਂ ਸੇਵਾਵਾਂ ਰੈਗੂਲਰ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ ਰੈਗੂਲਰ ਹੁਣ ਤੱਕ ਜਿਹੜੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗੀ ਗਾਂ ਅੱਗੇ ਮਰਨ ਵਰਤ ਅਸੀਂ ਰੱਖਾਂਗੇ ਭੁੱਖ ਹੜਤਾਲਾਂ ਰੱਖਾਂਗੇ ਇਹਨਾਂ ਦਾ ਰੱਜ ਕੇ ਜਲੂਸ ਕੱਢਾਂਗੇ ਜੇ ਸਾਡਾ ਰੁਜ਼ਗਾਰ ਨਹੀਂ ਬਚਦਾ ਤਾਂ ਰਹਿਣ ਅਸੀਂ ਇਹਨਾਂ ਦਾ ਵੀ ਕੱਖ ਨਹੀਂ ਦੇਵਾਂਗੇ ਸਰ ਆਪਾਂ 12 ਸਾਲ ਤੋਂ ਜਿਹੜੀ ਸਾਡੀ ਭਰਤੀ ਹੋਈ ਸੀ ਪਾਰਦਰਸ਼ੀ ਢੰਗ ਨਾਲ ਇਹਨਾਂ ਨੇ ਕੀਤੀ ਸੀਗੀ 12 ਸਾਲ ਤੋਂ ਅਸੀਂ ਇਹਨਾਂ ਦੇ ਕੰਟਰੈਕਟ ਬੇਸ 'ਤੇ ਹੀ ਕੰਮ ਕਰਦੇ ਆ ਰਹੇ ਹਾਂ ਅੰਨੇਵਾਹ ਸਾਡੇ ਕੋਲ ਕੰਮ ਕਰਾਇਆ ਜਾਂਦਾ ਆ ਸਾਨੂੰ ਹਰ ਵਾਰ ਇਹੀ ਲਾਰਾ ਲਾਇਆ ਜਾਂਦਾ ਕਿ ਅੱਜ ਅਸੀਂ ਅੱਜ ਪੱਕੇ ਕਰ ਦਿੰਦੇ ਹਾਂ ਤੁਹਾਨੂੰ ਕੱਲ੍ਹ ਪੱਕੇ ਕਰ ਦਿੰਦੇ ਹਾਂ ਤੁਹਾਨੂੰ ਲਾਸਟ ਈਅਰ ਵੀ ਇਹਨਾਂ ਨੇ ਆਹੀ ਲਾਰਾ ਲਾ ਕੇ ਸਾਨੂੰ ਜਿਹੜਾ ਸੀ ਧਰਨਾ ਸਾਡਾ ਚੁਕਵਾ ਦਿੱਤਾ ਸੀ ਇਹਨਾਂ ਨੇ ਇਸ ਵਾਰ ਵੀ ਅਸੀਂ ਇਹੀ ਮੁੱਦਾ ਰੱਖਿਆ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਸਾਡੀਆਂ ਮੰਗਾਂ ਜਿਹੜੀਆਂ ਉਹ ਜਾਇਜ਼ਾ ਮੰਨੀਆਂ ਜਾਣ ਸਾਨੂੰ ਪੇ ਸਕੇਲ ਵੀ ਦਿੱਤਾ ਜਾਵੇ 12,000 ਰੁਪਏ 'ਤੇ ਅਸੀਂ ਕੁਛ ਮੁਲਾਜ਼ਮ 9400 'ਤੇ ਕੁਝ 8,000 'ਤੇ ਕੁਝ 15,000 'ਤੇ ਇਸ ਤਰ੍ਹਾਂ ਕਰਕੇ ਨੌਕਰੀ ਕਰ ਰਹੇ ਹਾਂ ਦਿਨ ਰਾਤ ਮਿਹਨਤ ਕਰਦੇ ਆ ਇਹਨਾਂ ਦੇ ਪੰਚਾਇਤਾਂ ਵਿੱਚ ਡਿਵੈਲਪਮੈਂਟ ਕਰਵਾਉਂਦੇ ਆ ਲੋਕਾਂ ਦੀ ਪਰ ਫਿਰ ਵੀ ਇਹਨਾਂ ਨੂੰ ਇਹੀ ਕਹੀ ਜਾਂਦੇ ਆ ਸਟਾਫ ਅਫਸਰ ਸਾਹੀ ਮੰਤਰੀ ਜੋ ਵੀ ਹੈਗੇ ਆ ਸਾਰੇ ਇਹੀ ਕਹਿੰਦੇ ਕਿ ਇਹ ਕੰਮ ਨਹੀਂ ਕਰਦਾ ਹੈਗਾ ਨਰੇਗਾ ਸਟਾਫ ਜੇ ਨਰੇਗਾ ਸਟਾਫ ਹੀ ਕੰਮ ਨਹੀਂ ਕਰਦਾ ਤਾਂ ਬਾਕੀ ਕੌਣ ਕੰਮ ਕਰਦਾ ਅੱਜ ਵੀ ਇਹਨਾਂ ਨੇ ਇਹੀ ਕਿਹਾ ਅੱਜ ਵੀ ਕਰਮਸੋਲ ਆਪਾਂ ਹੜਤਾਲ ਕੀਤੀ ਹੈ ਔਰ ਲਗਾਤਾਰ ਆਪਾਂ ਜਾਰੀ ਰੱਖਾਂਗੇ ਸਾਨੂੰ ਅੱਜ ਤੱਕ ਸਾਡਾ ਕੋਈ ਇਹਨਾਂ ਨੇ ਮੁੱਦਾ ਨਹੀਂ ਉਠਾਇਆ ਪੱਕੇ ਹੋਣ ਦਾ ਸਿਰਫ ਲਾਰੇ ਹੀ ਤੇ ਲਾਰੇ ਹੈ ਸਿਰਫ ਪ੍ਰੈਸ਼ਰ ਆਹੀ ਪਾਇਆ ਜਾਂਦਾ ਕਿ ਕੰਮ ਕਰੋ ਕੰਮ ਕਰੋ ਕੰਮ ਕਰੋ ਕਿੰਨੀ ਕੁ ਦੇਰ ਇਹਨਾਂ ਦੇ ਕੰਮ ਕਰਨਾ ਆਪਾਂ ਇਸ ਤਰ੍ਹਾਂ ਲਾਰੇ ਲੱਪਿਆਂ ਦੇ ਵਿੱਚ ਇਹਨਾਂ ਦੇ ਜਿਹੜੀਆਂ ਮੰਗ ਹੈ ਸਾਡੇ ਇਕੱਲੇ ਇੱਥੇ ਗੁਰਦਾਸਪੁਰ ਨਿਗਾ ਪਠਾਨਕੋਟ ਵੀ ਆ ਹੋਰ ਵੱਖ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਆ ਤਕਰੀਬਨ ਇਹਨਾਂ ਦੇ ਸਾਰੇ ਜਿਹੜੇ ਹੜਤਾਲ 'ਤੇ ਬੈਠੇ ਹੋਏ ਆ ਇਹਨਾਂ ਦੀ ਜਿਹੜੀ ਮੰਗ ਹੈ ਕੁਛ ਜਿਹੜੀ ਜੋ ਸਾਡੇ ਕੋਲ ਮੰਗ ਪੱਤਰ ਦੇਣਗੇ ਉਹ ਅਸੀਂ ਸਰਕਾਰ 'ਤੇ ਫਾਰਵਰਡ ਕਰ ਦਾਂਗੇ ਬਾਕੀ ਜਿਹੜੇ ਇਹਦੀਆਂ ਜੋ ਮੰਗਾਂ ਆ ਉਹ ਇਹਦੇ ਆਪਣੇ ਜੂਨੀ ਲੈਵਲ 'ਤੇ ਜੋ ਇਹਦਾ ਆਪਣਾ ਕੋਈ ਚੱਲ ਰਿਹਾ ਹੈ ਵੀ ਕੋਈ ਸਾਨੂੰ ਜੇ ਮਹਿਕਮੇ 'ਚ ਮਰਜ ਕਰੋ ਜਾਂ ਆਪਾਂ ਨੂੰ ਪੱਕੇ ਕਰੋ ਇਹਦੇ ਵਾਸਤੇ ਸਰਕਾਰ ਹੀ ਆਪਣੀ ਜਿਹੜੀ ਪੋਲਿਸੀ ਆ ਕੋਈ ਬਣਾਵੇ ਜਾਂ ਕਰੇ ਉਹੀ ਕਰਕੇ ਇਹਨਾਂ ਨੂੰ ਕਰ ਸਕਦੀ ਆ ਕੋਈ ਸਾਡੇ ਲੈਵਲ ਦਾ ਤਾਂ ਕੋਈ ਕੰਮ ਨਹੀਂ ਕੋਈ ਅਸੀਂ ਤਾਂ ਜੇ ਮੰਗ ਪੱਤਰ ਦੇਣਗੇ ਸਾਨੂੰ ਅਸੀਂ ਇਹਨਾਂ ਸਰਕਾਰ ਤਾਂ ਹੀ ਪਹੁੰਚਾ ਦਿਆਂਗੇ ਤਾਂ ਪ੍ਰਭਾਵਿਤ ਹੋ ਹੀ ਰਿਹਾ ਕਰਮ ਸ਼ੋਰ ਦੇ ਨਾਲ ਜੇ ਕਹਿੰਦੇ ਆ ਵੀ ਕਰਮ ਸ਼ੋਰ ਹੜਤਾਲ ਹੈ ਤਾਂ ਹੈ ਤਾਂ ਹੜਤਾਲ 'ਤੇ ਹੀ ਹੈ ਨਾ ਕਿੰਨਾ ਕੰਮ ਪ੍ਰਭਾਵਿਤ ਹੋ ਰਿਹਾ ਬਸ ਕੀ ਕੀਤਾ ਜਾ ਰਿਹਾ ਹੁਣ ਕੰਮ ਸਾਡੇ ਨਰੇਗਾ ਦੇ ਕੰਮ ਜਿਹੜੇ ਸੀਗੇ ਤਕਰੀਬਨ ਕਾਫੀ ਜਿਹੜੇ ਆ ਉਹ
ਜਿਹੜੇ ਕੰਮ ਚੱਲ ਰਹੇ ਸੀ ਚੱਲ ਤਾਂ ਰਹੇ, ਪਰ ਜਦੋਂ ਨੈਕਸਟ ਹਾਲੇ ਜੇ ਇਹਦੀ ਹੜਤਾਲ ਜਿਹੜੀ ਆ ਜੇ ਮੁੱਕ ਜਾਊਗੀ ਤਾਂ ਫਿਰ ਤਾਂ ਕੰਮ ਉਨੇ ਬਾਹਲਾ ਨਹੀਂ ਫਰਕ ਪੈਂਦਾ, ਪਰ ਹਾਲ ਦੀ ਘੜੀ ਹਾਲੇ ਕਾਫੀ ਫਰਕ ਪੈ ਰਿਹਾ।